ਕਿ ਇਹ ਤਾਂ ਸਾਰਿਆਂ ਨੂੰ ਪਤਾ ਵੀ ਟਕਸਾਲ ਮੁੱਦਾ ਥੋੜੂ ਆ। ਮੈਨੂੰ ਵੀ ਇੱਕ ਦਿਨ ਇੱਕ ਫੋਨ ਕਰਕੇ ਕਹਿੰਦਾ ਕਹਿੰਦਾ ਜੀ ਮੰਨ ਲਿਆ ਤੁਹਾਡੀ ਲੜਾਈ ਟਕਸਾਲ ਨਾਲ ਆ। ਮੈਂ ਕਿਹਾ ਤੈਨੂੰ ਕਿਸ ਕਦੇ ਨੀ ਕਹਿਤਾ ਹਨਾ ਵੀ ਤੂੰ ਤੁਸੀਂ ਇਹ ਗੱਲ ਕਰ ਤੇ ਸਾਡੇ ਗੱਲ ਪਾਈ ਜਾਂਦੇ ਵੀ ਅਸੀਂ ਟਕਸਾਲ ਨੂੰ। ਦੇਖੋ ਜੇ ਅੱਜ ਨਾ ਅੱਜ ਮੰਨ ਲਓ ਉਹ ਐਲਾਨ ਕਰ ਦੇਣ ਭਈ ਅਕਾਲ ਤਖ਼ਤ ਦਾ ਜਥੇਦਾਰੀ ਸਿਸਟਮ ਜਿਹੜਾ ਆ ਉਹ ਉਹ ਤੋਂ ਬਾਦਲਾਂ ਦਾ ਗਲਬਾ ਖਤਮ ਹੋ ਗਿਆ ਤੇ ਟਕਸਾਲ ਹੋ ਗਈ ਬੈਨ। ਬਾਬੇ ਬ੍ਰਹਮ ਗਿਆਨੀ ਕੋਈ ਨੀ ਹੈਗੇ, ਠੀਕ ਹੈ ਜੀ। ਤੇ ਹੁਣ ਤੁਸੀਂ ਰੇਡੀਓ ਵਾਲੇ ਹੁਣ ਇਹਨਾਂ ਗੱਲਾਂ ਤੇ ਬੋਲਣਾ ਬੰਦ ਕਰ ਦਿਓ, ਸਾਡੀ ਤਾਂ ਮੌਤ ਹੋ ਜਾਣੀ ਆ। ਤੇ ਸੂਰਜ ਪ੍ਰਕਾਸ਼ ਦਸਮ ਗ੍ਰੰਥ ਉਹ ਤਾਂ ਉੱਥੇ ਦੇ ਉੱਥੇ ਖੜੇ ਰਹਿ ਗਏ। ਟਕਸਾਲ ਜੁਗ ਜੁਗ ਜੀਵੇ, ਮੈਂ ਕਹਿੰਦਾ ਟਕਸਾਲ ਕਦੇ ਧੁੰਮੇ ਵਰਗੇ ਬੰਦੇ, ਠਾਕਰ ਸਿੰਘ ਵਰਗੇ ਬੰਦੇ, ਭਿੰਡਰ ਵਾਲੇ ਵਰਗੇ ਬੰਦੇ ਦਾ ਜੁਗ ਜੁਗ ਜੀਣ, ਇਹ ਤਾਂ ਸਾਬਤ ਕਰਦੇ ਆ ਸਾਡੀਆਂ ਗੱਲਾਂ ਨੂੰ ਵੀ ਸਿੱਖ ਹਿੰਦੂ ਬਣ ਚੁੱਕੇ ਆ। ਬਿਲਕੁਲ, ਸੂਰਜ ਪ੍ਰਕਾਸ਼ ਨੇ ਕੀਤਾ ਕੀ ਆ, ਉਹ ਭਿੰਡਰ ਵਾਲੇ ਦੀ ਹੋਂਦ ਸਾਬਤ ਕਰਦੀ ਆ। ਜੇ ਟਕਸਾਲ ਹੈਗੀ ਆ ਤੇ ਅਸੀਂ ਪ੍ਰੈਕਟੀਕਲੀ ਲੋਕਾਂ ਨੂੰ ਦੱਸ ਸਕਦੇ ਆ ਵੀ ਜੇ ਸੂਰਜ ਪ੍ਰਕਾਸ਼ ਰਹੂਗਾ ਤੇ ਸਿੱਖ ਏਦਾਂ ਦੇ ਹੋਣਗੇ। ਜੇ ਸੂਰਜ ਪ੍ਰਕਾਸ਼ ਪੜੂਗੇ ਉਹਦਾ ਪ੍ਰਚਾਰ ਹੋਊਗਾ, ਆਹ ਪ੍ਰੋਟੈਕਟ ਨਿਕਲਿਆ ਉਹਦੇ ਵਿੱਚੋਂ, ਆਹ ਆ ਤੁਹਾਡੇ ਹਾਂ ਅਜਨਾਰੇ ਬਣਨਗੇ, ਧੁੰਮੇ ਬਣਨਗੇ, ਨਿਹੰਗ ਬਣਨਗੇ ਹਨਾ। ਹੁਣ ਹੁਣ ਤੁਸੀਂ ਦੇਖ ਲਓ ਵੀ ਇੱਦਾਂ ਦੇ ਸਿੱਖ ਬਣਾਉਣੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਣਾਉਣੇ ਆ। ਨਾਲੇ ਜੀ ਮੈਂ ਤਾਂ ਇੱਕ ਹੋਰ ਗੱਲ ਕਹਿੰਦਾ ਅਜਨਾਲੇ ਦੇ ਬਾਰੇ, ਮੈਂ ਮਾੜੀ ਜਿਹੀ ਲਿਖ ਕੇ ਪਾਇਆ ਸੀਗਾ ਇੱਥੇ ਔਨ ਏਅਰ, ਕਹਿ ਦਿੰਦਾ ਮੈਨੂੰ ਅਮਾਨ ਸੱਚ ਕਹਿੰਦਾ ਮੈਨੂੰ ਅਜਨਾਲੇ ਤੇ ਭਿੰਡਰਾਂ ਵਾਲੇ ਚ ਕੋਈ ਫਰਕ ਨੀ ਨਜ਼ਰਾਂ ਦਾ। ਜਾਂ ਅਜਨਾਲੇ ਨੂੰ ਸੰਤ ਮੰਨ ਲਓ ਜਾਂ ਭਿੰਡਰਾਂ ਵਾਲੇ ਨੂੰ ਗੁੰਡਾ ਮੰਨ ਲਓ, ਬਸ ਇੱਕੋ ਹੀ ਗੱਲ ਹੈ ਦੋਨਾਂ ਦੀ। ਕਿਉਂਕਿ ਉੱਥੋਂ ਹੀ ਪਿਆਰੇ ਇਹੀ ਇਹਨੂੰ ਤੁਸੀਂ ਅੱਜ ਦਾ ਜੋ ਜਿੱਦਾਂ ਹੁਣ ਇਹ ਗਿਆ ਜਿੱਦਾਂ ਹੁਣ ਉੱਥੇ ਨੂੰ ਗਿਆ ਜਿੱਦਾਂ ਇਹ ਮਤਲਬ ਹੜ ਹੜ ਕਰਦਾ ਫਿਰਦਾ, ਪਹਿਲਾਂ ਮਾਝੇ ਦੇ ਵਿੱਚ ਰੌਲਾ ਪਾਉਂਦਾ। ਪਹਿਲਾਂ ਇੱਕ ਗੱਲ ਕਹਿਣ, ਜੇ ਤੁਸੀਂ ਵਿਰੋਧ ਕਰਨ ਨਹੀਂ ਗਏ, ਜੇ ਤੁਸੀਂ ਗਏ ਆ ਬਾਕੀ ਆਪਣਾ ਪ੍ਰੋਟੈਸਟ ਕਰਨ ਗਏ ਆ, ਤਾਂ ਤੁਹਾਨੂੰ ਇਹ ਕਿਉਂ ਕਹਿਣਾ ਪੈ ਰਿਹਾ ਵੀ ਉੱਥੇ ਖੂਨ ਖਰਾਬਾ ਹੋ ਜਾਊਗਾ, ਉੱਥੇ ਸੱਤਰ ਵਰਤ ਜਾਊਗਾ, ਇਹ ਕਹਿਣ ਦੀ ਤਾਂ ਲੋੜ ਹੀ ਨੀ ਫਿਰ। ਜੇ ਇਹ ਕਹਿੰਦੇ ਆ ਇਹਦਾ ਮਤਲਬ ਇਹ ਨੀ ਸੱਤਰ ਵਰਤਾਇਆ, ਬਸ ਏਦਾਂ ਹੀ ਹੋਇਆ ਉਸ ਵੇਲੇ ਵੀ ਧੱਕੇ ਨਾਲ ਹੀ ਗਏ ਆ ਤੇ ਧੱਕੇ ਨਾਲ ਹੀ ਕੀਤਾ ਸਾਰਾ ਕੁਝ। ਬਲਰਾਜ ਨੇ ਪੋਸਟ ਪਾਈ ਹੋਇਆ, ਉਹਦੇ ਥੱਲੇ ਇੱਕ ਬੰਦੇ ਨੇ ਕਮੈਂਟ ਕਰਦਾ, ਕਹਿੰਦਾ ਉਹਨੂੰ ਕਿਹਾ ਬਸ ਕਰ, ਉਹ ਬੰਦਾ ਕਹਿੰਦਾ ਮੈਂ ਫੌਜਾ ਸਿੰਘ ਦੇ ਨਾਲ ਦਾ ਬੰਦਾ, ਕਹਿੰਦਾ ਉਹ ਗੱਲ ਕਰਨੀ ਗਏ ਸੀ, ਕਹਿੰਦਾ ਉਹਨਾਂ ਨੂੰ ਧੱਕੇ ਨਾਲ ਰੋਕਣ ਗਏ ਸੀ, ਵਿਰੋਧ ਕਰਨ ਗਏ ਸੀ, ਉਹਨਾਂ ਨਾਲ ਲੜਨ ਗਏ ਸੀ ਉਹਨਾਂ ਨੂੰ। ਬਸ ਪਤਾ ਆ ਸਾਰਿਆਂ ਨੂੰ ਪਤਾ ਆ, ਜਦ ਸਾਰਿਆਂ ਨੂੰ ਅੱਗੇ ਗੱਲ ਕਰ ਚੁੱਕੇ ਵੀ ਕਿਰਪਾਨ ਨੰਗੀ ਕਰਕੇ ਧੂ ਕੇ ਸਟੇਜ ਤੇ ਜਾ ਕੇ ਗੋਲੀ ਵੱਜੀ ਆ, ਇੱਕ ਬੰਦਾ ਪ੍ਰੋਟੈਸਟ ਕਰ ਗਿਆ ਸਟੇਜ ਤੇ ਕਿੱਦਾਂ ਚੜ ਗਿਆ। ਨਹੀਂ ਜੀ ਇਹ ਹੁਣ ਸਾਰਾ ਕੁਝ ਕਲੀਅਰ ਆ, ਹੁਣ ਤਾਂ ਇਹਨਾਂ ਜਾਗਰੂਕਾਂ ਦੇ ਲੱਖ ਲਾਹਣ ਪਿਆ ਇਹਨਾਂ ਦੇ, ਇਹਨਾਂ ਨੂੰ ਆਪਣੀ ਸ਼ਰਮ ਨਾਲੇ ਮਰ ਜਾਣਾ ਚਾਹੀਦਾ। ਮੈਂ ਤਾਂ ਕਹਿੰਦਾ ਆਪ ਹੀ ਭਾਈ ਰਣਜੀਤ ਸਿੰਘ ਮੋਹਰੇ ਖੜਿਆ, ਇਹਨੀ ਤਾਂ ਚੱਟਣ ਧੁੰਮੇ ਦੇ ਪੈਰ ਪਹਿਲੇ ਚੱਟਣ ਲੱਪਣਾ ਸੀ, ਹੁਣ ਇਹਦਾ ਬੱਚੇ ਹੀ ਭਾਈ ਰਣਜੀਤ ਸਿੰਘ ਕਰਕੇ ਆ ਇੱਥੇ ਇਸ ਵੇਲੇ। ਐਵੀਂ ਥੋੜੀ ਬਹੁਤੀ ਦੇਖੋ ਜੀ, ਜਿਹੜੀ ਨਾ ਇੱਕ ਨਾ ਕਪੂਰ ਇੱਕ ਜਗ੍ਹਾ ਕਹਿੰਦਾ, ਹਾਂਜੀ ਉਹ ਕਹਿੰਦਾ ਜਦੋਂ ਨਾ ਤੁਸੀਂ ਕੋਈ ਗੱਲ ਕਹਿਣ ਲੱਗਦੇ ਆ ਉਦੋਂ ਇਹ ਸੋਚਿਓ ਕਿ ਜਿਹੜੀ ਮੈਂ ਗੱਲ ਕਹਿਣੀ ਆ ਇਹਦੇ ਜਵਾਬ ਵਿੱਚ ਮੈਨੂੰ ਵਿਰੋਧੀ ਧਿਰ ਨੇ ਕੀ ਜਵਾਬ ਦੇਣਾ ਆ, ਤੇ ਉਹ ਜਿਹੜਾ ਜਵਾਬ ਉਹਨੇ ਦੇਣਾ ਆ ਉਹਦੇ ਲਈ ਮੇਰੇ ਕੋਲ ਕਿਹੜੇ ਕਿਹੜੇ ਜਵਾਬ ਆ, ਉਹ ਤੋਂ ਹੋਰ ਫਿਰ ਇੱਕ ਤੀਜੇ ਨੰਬਰ ਤੇ ਫਿਰ ਚਾਹੀਦਾ ਉਹਦਾ ਜਵਾਬ ਮੈਂ ਕੀ ਦੇਣਾ, ਫਿਰ ਜਦੋਂ ਮੈਂ ਜਵਾਬ ਦਊਂਗਾ ਉਹ ਤੋਂ ਬਾਅਦ ਉਹ ਕੀ ਦਊਗਾ, ਜਿਹੜੀ ਚੌਥੀ ਚਾਲ ਆ ਨਾ ਉਹਦੇ ਬਾਰੇ ਸੋਚ ਕੇ ਫਿਰ ਗੱਲ ਕਰਿਓ ਫਿਰ ਗੱਲ ਕਰਿਓ। ਅੱਛਾ ਤੁਸੀਂ ਹੁਣ ਸੋਚ ਕੇ ਦੇਖੋ ਜਦੋਂ ਟਕਸਾਲੀਆਂ ਨੇ ਛਬੀਲ ਲਾਈ ਆ, ਹਾਂਜੀ ਕੀ ਨੀ ਸੋਚਿਆ ਸੀ ਵੀ ਜੇ ਜਦੋਂ ਅਸੀਂ ਛਬੀਲ ਲਾਉਣੀ ਆ ਤਾਂ ਢੱਡਰੀ ਵਾਲਾ ਕੀ ਕੀ ਕਰੂਗਾ, ਕਦੇ ਨੀ ਸੋਚਿਆ ਹੋਊਗਾ, ਨਹੀਂ ਤਾਂ ਸੋਚਿਆ। ਹੁਣ ਵੀ ਜਦੋਂ ਇਹ ਵਿਰੋਧ ਕਰਨ ਜਾਂਦੇ ਆ, ਤੁਸੀਂ ਅਮਰੀਕਾ ਕੈਨੇਡਾ ਚ ਜਿੰਨੀ ਵਾਰ ਵੀ ਗਏ ਆ ਤੁਸੀਂ 19 ਵਾਰ ਪ੍ਰਚਾਰ ਦੇ ਵਿੱਚ ਉਹਨਾਂ ਦੀਆਂ ਤੁਸੀਂ ਗਿੱਦੜਿਆਣੀ ਵਾਲੇ ਦੀਵਾਨ ਜਿਹੜੇ ਆ ਨਾ ਗਿੱਦੜਿਆਣੀ ਵਾਲੇ, ਗਿੱਦੜਿਆਣੀ ਵਾਲੇ ਹਾਂ ਚਲੋ ਹਾਂਜੀ ਹਾਂਜੀ ਕੋਈ ਨੀ, ਨਹੀਂ ਸਾਨੂੰ ਕਹਿਣਾ ਚੰਗੀ ਤਰ੍ਹਾਂ ਚਾਹੀਦਾ ਭਾਈ ਸਾਹਿਬ ਨੇ, ਉਦੋਂ ਚੇਚੇ ਤੌਰ ਤੇ ਕਹਿੰਦੇ ਇੱਕ ਗਿੱਦੜਿਆਣੀ ਕਹਿੰਦੇ ਇੱਕ ਗਿੱਦੜਿਆਣੀ ਕਹਿੰਦੇ ਆ ਇੱਦਾਂ ਗਿੱਦੜਿਆਣੀ। ਅੱਛਾ ਉਹ ਤਿੰਨੇ ਹੀ ਦੀਵਾਨਾਂ ਨੂੰ ਸੁਣ ਕੇ ਦੇਖ ਲਓ ਤੁਸੀਂ, ਹਾਂਜੀ ਤੇ
ਇਮੇਜਿਨ ਕਰੋ ਪੇ ਉੱਥੇ ਜਨਾਲਾ ਵਿਰੋਧ ਕਰਨ ਆ ਜਾਂਦਾ, ਜਿਹੜੀਆਂ ਗੱਲਾਂ ਉੱਥੇ ਜਨਾਲੇ ਬਾਰੇ ਟਕਸਾਲ ਬਾਰੇ ਹੋਈਆਂ ਆ ਉਹ ਕੱਢ ਦਿਓ ਵਿੱਚੋਂ, ਹੋਣੀਆਂ ਹੀ ਨਹੀਂ ਸੀਗੀਆਂ। ਹੁਣ ਤੁਸੀਂ ਸੋਚੋ ਕਿ ਕੀ ਇਹਨਾਂ ਨੇ ਸੋਚਿਆ ਹੋਊਗਾ ਜਨਾਲੇ ਹੁਣਾਂ ਨੇ ਇਹ ਕੁਛ ਵੀ ਵਾਪਰ ਸਕਣਾ। ਮੈਂ ਕਹਿੰਦਾ ਤੀਜੇ ਦਿਨ ਜਿਹੜੀਆਂ ਗੱਲਾਂ ਆਖਰੀ ਜਿਹੜੇ 10-15 ਮਿੰਟ ਕੀਤੇ ਆ ਨਾ, ਇਹਨਾਂ ਨੂੰ ਇਹਨਾਂ ਦੀ ਲੱਸੀ ਕਰਦੀ ਚੱਪਣੀ ਚ ਨੱਕ ਡੋਬ ਲੈਣ ਜੇ ਚੰਗੇ ਰਹਿਣੇ ਨੇ, ਇਹਨੀ ਜੋ ਕਹਾਇਆ। ਔਰ ਉਦਣ ਉੱਥੇ ਉਹ ਪੀਕ ਸੀ ਮੈਂ ਕਹਿੰਦਾ ਜਾਣੀ ਜੇ ਨਾ ਜੇ ਕੋਈ ਬੰਦਾ ਇਹ ਉਸ ਦੀਵਾਨ ਤੋਂ ਬਾਅਦ ਮੰਨ ਲਓ ਕੋਈ ਬੰਦਾ ਇਹ ਕਹਿ ਦਿੰਦਾ ਹਾਂਜੀ ਵੀ ਭਾਈ ਰਣਜੀਤ ਸਿੰਘ ਛੱਡ ਗਏ ਸਾਰਾ ਕੁਛ ਤੇ ਉਹ ਘਰ ਚਲ ਗਏ ਆ, ਇੱਕ ਹਿਸਟਰੀ ਵਿਚ ਜਾਣੀ ਮੀਲ ਪੱਥਰ ਸੀ ਉਹ ਜੋ ਕੁਛ ਉਦਣ ਕਹਿ ਹੋਇਆ ਜਿੱਦਣ ਨਾ ਪਹਿਲਾਂ ਦੀਵਾਨ ਲਾ ਕੇ ਉਹਨੇ ਇਹ ਗੱਲ ਕਹੀ ਆ ਪੀ ਆਪਾਂ ਦੀਵਾਨ ਲਾ ਲਿਆ ਹੁਣ ਰਹਿਣ ਦਈਏ ਆਪਾਂ, ਜਾਣੀ ਮੈਂ ਕਿਹਾ ਲੈ ਟਕਸਾਲ ਦੀ ਤਾਂ ਵੈਸੇ ਹੀ ਨੀ ਆਤਮ ਹੱਤਿਆ ਕਰਵਾ ਦਿੱਤੀ ਜਾਣੀ ਆਹ ਕਰਕੇ ਹਨਾ, ਤੇ ਕਿੱਥੇ ਕਿੱਥੇ ਉਹ ਬੰਦੇ ਜਿਹੜੇ 20,000 ਦੇ ਇਕੱਠ ਦੇ ਮੂਹਰੇ 50 ਬੰਦੇ ਖੜੇ ਕਰਕੇ ਪੀ ਸਾਡੇ ਭਵਾਂ ਗੋਲੀ ਮਾਰਦੇ ਅਸੀਂ ਦੀਵਾਨ ਨੀ ਲੱਗਣ ਦੇਣਾ, ਉਹਦਾ ਮਤਲਬ ਇਹ ਆ ਪੀ 5-7 ਨੂੰ ਗੋਲੀ ਮਾਰੇ ਪੁਲਿਸ ਬਿਲਕੁਲ ਹਨਾ। ਦੂਜੇ ਪਾਸੇ ਉਹ ਬੰਦਾ ਆ ਜਿਹੜਾ ਸਾਰਾ ਕੁਛ ਉਹਦੇ ਕੰਟਰੋਲ ਵਿਚ ਆ, ਉਹ ਕਹਿੰਦਾ ਆਪਾਂ ਦੀਵਾਨ ਨਾ ਲਾਈਏ, ਵਿਚਾਰੇ ਭਰਾ ਆਪਣੇ ਏਡੇ ਏਡੇ ਇੰਨੇ ਇੰਨੇ ਘੰਟੇ ਡਿਊਟੀ ਤੇ ਖੜੇ ਆ ਹਨਾ। ਹੁਣ ਜਦੋਂ ਕਿਸੇ ਨੇ ਪਿੰਡਰਾਂ ਵਾਲੇ ਨਾਲ ਤੁਲਨਾ ਕਰਨੀ ਆ ਭਲਕੇ ਨੂੰ, ਉਹ ਕਿੱਥੇ ਉਹ ਸੋਚਦਾ ਸੀਗਾ ਪੀ ਮੇਰੀ ਦਰਬਾਰ ਸਾਹਿਬ ਦੇ ਅੰਦਰ ਨਾ ਜਿਹੜੇ ਬੰਦੇ ਨਿਕਲੇ ਆ ਉਹ ਨਿਆਣਿਆਂ ਦੀਆਂ ਸੋਹਾਂ ਖਾ ਕੇ ਦੱਸਦੇ ਤਾਂ ਸੱਚ ਪਤਾ ਲੱਗ ਜਾਊਗਾ, ਇਹ ਅੰਦਰੋਂ ਨਿਕਲ ਨੀ ਸੀ ਦਿੰਦੇ ਲੋਕਾਂ ਨੂੰ, ਰੋਕਦੇ ਸੀਗੇ ਹਾਂ 3-5 4 ਤਰੀਕ ਤੱਕ ਨਿਕਲ 5 ਤਰੀਕ ਤੱਕ ਨਿਕਲ ਰਹੇ ਬੰਦੇ, ਇਹ ਇਹਨਾਂ ਨੇ ਰੋਕੇ ਆ ਲੋਕ, ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਢਾਲ ਬਣਾਵਾਂਗੇ ਅਸੀਂ, ਜਿੰਨਾ ਚਿਰ ਸੰਗਤ ਅੰਦਰ ਆ ਉਨਾ ਚਿਰ ਉਹਨੀ ਜ਼ਬਰਦਸਤੀ ਨੀ ਕਰਨੀ, ਠੀਕ ਹੈ। ਉਹ ਹੁਣ ਕਿੱਥੇ ਉਹ ਸੋਚ ਤੇ ਕਿੱਥੇ ਇਹ ਸੋਚ ਕਿੱਦਾਂ ਮੁਕਾਬਲਾ ਕਰਨਗੇ ਇਹ। ਬਿਲਕੁਲ ਜੀ, ਜਦੋਂ ਤੁਹਾਨੂੰ ਪਤਾ ਆ ਏਡਾ, ਅੱਗੇ ਮੈਂ ਉਦਣ ਵੀ ਗੱਲ ਕੀਤੀ ਬਈ ਜਦੋਂ ਤੁਹਾਨੂੰ ਪਤਾ ਆ ਬਈ ਇਕੱਠੇ ਹੋ ਜਾਣਾ ਲੋਕਾਂ ਨੇ ਉੱਥੇ ਗੋਲੀ ਚੱਲਣੀ, ਤੇ ਵਧੀਆ ਲੀਡਰ ਇਹ ਸੀਗਾ ਬਈ ਜਦੋਂ ਮਹਿਤੇ ਚੋਂ ਗ੍ਰਿਫਤਾਰੀ ਦਿੱਤੀ ਸੀ ਭਿੰਡਰਾਂ ਵਾਲੇ ਨੇ ਉਦੋਂ ਕੱਟ ਕਰਨ ਦੀ ਲੋੜ ਨਹੀਂ ਸੀਗੀ, ਲੋਕ ਮਰਵਾਉਣੇ ਨਹੀਂ ਚਾਹੀਦੇ ਸੀ, ਗ੍ਰਿਫਤਾਰੀ ਦੇ ਕੱਟ ਕਰਨ ਦੀ ਕੀ ਲੋੜ ਆ ਯਾਰ, ਗ੍ਰਿਫਤਾਰੀ ਨੇ ਵੀ ਕੱਟ ਕਰਨਾ ਚਾਹੀਦਾ। ਨਹੀਂ ਨਹੀਂ ਉਹ ਤਾਂ ਫੇਰ ਇਹਨੂੰ ਅਕਲ ਕਹਿੰਦੇ ਆ, ਨਹੀਂ ਉਹ ਤਾਂ ਇੱਦਾਂ ਸੀ ਨਾ, ਤੁਸੀਂ ਦੇਖੋ ਭਈ ਗ੍ਰਿਫਤਾਰੀ ਲਈ ਜਗ੍ਹਾ ਦੱਸਦੇ ਆ, ਟਾਈਮ ਦਿੰਦੇ ਆ, ਨਾਲੇ ਕਹਿੰਦੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਆ, ਉਹੀ ਤਾਂ ਗੱਲ ਆ, ਉੱਤੇ ਲੋਕਾਂ ਨੂੰ ਇਕੱਠੇ ਕਰਦੇ ਆ, ਫੇਰ ਕਹਿੰਦੇ ਸਰਦਾਰ ਬੰਦਾ ਫੜਨਾ ਵੀ ਸਾਨੂੰ, ਗ੍ਰਿਫਤਾਰੀ ਤਾਂ ਦੇਣੀ ਆ, ਸਾਰੇ ਸਾਰੀਆਂ ਸ਼ਰਤਾਂ ਆਪਣੀਆਂ ਬਣਾ ਕੇ ਗ੍ਰਿਫਤਾਰੀ ਦਿੱਤੀ ਯਾਰ, ਇਹ ਕਮਾਲ ਆ, ਮੁਜਰਮ ਪਹਿਲਾਂ ਆ ਇਸ ਦੁਨੀਆਂ ਚ ਜਿਹੜੇ ਸ਼ਰਤਾਂ ਬਣਾ ਕੇ ਗ੍ਰਿਫਤਾਰੀ ਦਿੰਦਾ। ਤੇ ਇੱਕ ਕੱਲ ਗੱਲ ਕੀਤੀ ਸੀ ਬਾਈ ਤੁਸੀਂ ਕਹਾਂ ਨੂੰ ਕਲੀਅਰ ਚੰਗੀ ਤਰ੍ਹਾਂ ਕਰ ਦਿਓ, ਮੈਂ ਤਾਂ ਫੋਨ ਕਰ ਦੇਣਾ ਦੁਆਰਾ ਕਰਕੇ, ਉਹ ਇੱਦਾਂ ਹੈ ਬਈ ਇਹ ਜ਼ਿਆਦਾ ਜਾਗਰੂਕ ਜਿਹੜੇ ਜ਼ਿਆਦਾ ਮੇਨ ਸਾਡੇ ਵੀ ਖਾਸ ਕਰਕੇ ਬੰਦੇ ਜਿਹੜੇ ਆਪਣੇ ਆਪ ਨੂੰ ਬਹੁਤ ਫਿਲੋਸਫਰ ਕਹਿੰਦੇ, ਟਕਸਾਲੀ ਦਾ ਖਾਸ ਕਰਕੇ, ਉਹ ਕਹਿੰਦੇ ਆ ਵੀ ਜਿਹੜੀਆਂ ਗੱਲਾਂ ਹੈ ਨਾ ਸੂਰਜ ਪ੍ਰਕਾਸ਼ ਜਾਂ ਇਹਦੇ ਵਿੱਚ ਗਲਤ ਗੱਲਾਂ ਆ ਉਹਨਾਂ ਨੂੰ ਦੱਬੀਆਂ ਰਹਿਣ ਦਾ, ਉਹਨਾਂ ਦੀ ਗੱਲ ਨਾ ਕਰੋ ਕਹਿੰਦੇ ਆ ਨਾ। ਮੈਂ ਕੱਲ ਸਵਾਲ ਕੀਤਾ ਸੀਗਾ ਭਿੰਦੇ ਭਾਈ ਹੋਣਾਂ ਦੇ ਪ੍ਰੋਗਰਾਮ ਚ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਭੀ ਨਾਨਕ ਨੂੰ ਫਿਰ ਇੰਦਰ ਦੇਵਜੇ ਦੀ ਇੱਜ਼ਤ ਉਛਾਲਣ ਦੀ ਕੀ ਲੋੜ ਸੀ ਕਰਵਾਉਣੀ, ਫਿਰ ਕਿਉਂ ਉਛਾਲੀ, ਕੀ ਗੁਰੂ ਨਾਨਕ ਤੇ ਸਵਾਲ ਨੀ ਹੁੰਦਾ ਫਿਰ, ਇਹਦਾ ਮਤਲਬ ਗਲਤ ਮਨਾਓ ਤਾਂ ਗਲਤ ਹੈ, ਉਹਦੀ ਗੱਲ ਹੋਣੀ ਚਾਹੀਦੀ ਹੈ, ਫਿਰ ਇਹਦਾ ਜਵਾਬ ਹੀ ਦੇ ਸਕਦੇ। ਔਰ ਇੱਕ ਨੀ ਹੋਰ ਬਹੁਤ ਮਨੌਤਾਂ ਗੁਰਬਾਣੀ ਚ ਜਿਨ੍ਹਾਂ ਦਾ ਕੋਈ ਸੰਬੰਧ ਵੀ ਨਹੀਂ ਸਾਡਾ, ਪਰ ਉਹ ਵੀ ਮੂਹਰੇ ਕੱਢ ਕੇ ਰੱਖਦੀਆਂ ਗੁਰੂ ਸਾਹਿਬ ਨੇ, ਆਹ ਕੁਛ ਆ। ਨਹੀਂ ਹੈ ਨੀ ਨਾ ਜਵਾਬ ਨਾ ਕੋ ਪੰਗਾ ਤਾਂ ਇਹ ਆ, ਜੇ ਜਵਾਬ ਹੋਵੇ ਫਿਰ ਇਹ ਕਰਨ ਉਹ, ਪਰ ਹਰ ਵਾਰ ਜਦੋਂ ਵੀ ਕਹਿੰਦੇ ਆ ਕਿ ਥੋੜੀਆਂ ਬਹੁਤੀਆਂ ਗਲਤ ਗੱਲਾਂ ਉਹਨੂੰ ਅੰਦਰ ਬਹਿ ਕੇ ਵਿਚਾਰ ਲਓ, ਅੰਦਰ ਬਹਿ ਕੇ ਵਿਚਾਰ ਲਓ, ਫਿਰ ਗੁਰੂ ਨਾਨਕ ਵੀ ਜਗਨਨਾਥਪੁਰੀ ਦੇ ਮੰਦਿਰ ਜਾ ਕੇ ਉਹਨਾਂ ਨੇ ਬੈਠਿਆਂ ਦੇ ਜਾ ਕੇ ਉਹਨਾਂ ਪਿਆਰੀਆਂ ਨਾਲ। ਨਹੀਂ ਨਹੀਂ ਅੰਦਰ ਦੇਖੋ, ਜਦੋਂ ਮੈਂ ਪਹਿਲਾਂ ਵੀ ਵੀਰ ਨਾਲ ਗੱਲ ਕਰਦਾ ਸੀ ਨਾ ਸਤਨਾਮ, ਜੇ ਤੁਸੀਂ ਸੱਤਾਂ ਦੇ ਮੂਹਰੇ ਦੋ ਆ
ਜਿਹੜੇ ਦੋ ਆ ਉਹ ਕਹਿਣਗੇ ਵੀ ਦੇਖੋ ਭਾਈ ਮੀਟਿੰਗ ਹੋਈ ਸੀ ਅੰਦਰ ਬੈਠ ਕੇ, ਇਹ ਪੰਜਾਂ ਨੇ ਧੱਕਾ ਕੀਤਾ ਸਾਡੇ ਨਾਲ, ਸਾਨੂੰ ਨੀ ਮਨਜੂਰ, ਅਸੀਂ ਪਿੰਡ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਗੱਲ ਸੁਣੋ। ਉਹ ਜਿਹੜੇ ਪੰਜ ਆ ਉਹ ਤਾਂ ਕਹਿਣਗੇ ਹੀ ਵੀ ਤੁਸੀਂ ਅੰਦਰ ਬਹਿ ਕੇ ਸਾਡੇ ਨਾਲ ਗੱਲ ਮੁਕਾ ਲਓ ਤਾਂ ਬਸ 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 ਬਸ। ਹਾਂ ਉਹਨਾਂ ਨੂੰ ਪਤਾ ਹੈ ਵੀ ਗਿਣਤੀ ਸਾਡੀ ਹੋਣੀ ਆ ਹਨਾ। ਹੁਣ ਸਾਨੂੰ ਇੱਥੇ ਜਦੋਂ ਸਰੂਪ ਚੱਕੇ ਆ ਸਾਨੂੰ ਕਹਿੰਦੇ ਵੀ 25 ਮੈਂਬਰੀ ਕਮੇਟੀ ਨਾਲ ਬੈਠ ਕੇ ਗੱਲ ਕਰ ਲਓ ਤੁਸੀਂ। ਮੈਂ ਕਿਹਾ ਵੀ ਇੱਦਾਂ ਉਹ 25 ਅਸੀਂ ਤਾਂ ਦੋ ਤਿੰਨ ਤੋਂ ਵੱਧ ਆਉਣਾ ਨੀ ਚਾਹੁੰਦੇ, ਇੱਦਾਂ ਗੱਲ ਕਿੱਦਾਂ ਹੋਜੂਗੀ? ਕਹਿੰਦੇ ਨਹੀਂ ਤੁਸੀਂ ਵੀ ਜ਼ਿਆਦਾ ਜਣੇ। ਮੈਂ ਕਿਹਾ ਵੀ 50 ਚ ਬਹਿ ਕੇ ਗੱਲ ਕਿੱਦਾਂ ਹੋਜੂਗੀ ਫਿਰ? ਫਿਰ ਕਿੱਦਾਂ ਰੌਲਾ ਕਿੱਦਾਂ ਹੋਜੂਗੀ? ਇਹ ਕੋਈ ਸੈਂਸ ਬਣਦੀ ਆ ਇਹ? ਪਰ ਨਾਲੇ ਜਿਹੜੀ ਧਿਰ ਗੁੰਡਾਗਰਦੀ ਕਰ ਰਹੀ ਆ, ਜਿਹੜੀ ਧਿਰ ਕਹਿੰਦੀ ਆ ਦੀਵਾਨ ਨੀ ਲੱਗਣ ਦੇਣੇ ਅਸੀਂ, ਜਿਹੜੀ ਧਿਰ ਕਹਿੰਦੀ ਆ ਵੀ ਸ਼ਵੀਲ ਲਾਈ ਵੀ ਅਸੀਂ ਆ ਤੇ ਗਹਾਂ ਵੀ ਲਾਵਾਂਗੇ, ਤੁਸੀਂ ਅਗਲੇ ਨੂੰ ਕਹਿ ਰਹੇ ਵੀ ਉਹਨਾਂ ਨਾਲ ਬਹਿ ਕੇ ਗੱਲ ਕਰ ਲਾ, ਹੱਦ ਹੋ ਗਈ ਯਾਰ। ਉਹੀ ਤਾਂ ਗੱਲ ਆ, ਜੇ ਉਹ ਗੱਲ ਕਰਨੀ ਹੁੰਦੀ ਉਹ ਸ਼ਵੀਲ ਲਾਉਣ ਤੋਂ ਪਹਿਲਾਂ ਆਉਂਦੇ ਤਾਂ। ਹਾਂ ਬਸ ਬਸ ਉਹੀ ਤਾਂ ਗੱਲ ਆ, ਉਦੋਂ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਕੋ। ਨਹੀਂ ਜੇ ਜਥੇਦਾਰ ਵੀ ਅਕਲ ਵਾਲਾ ਹੁੰਦਾ ਨਾ, ਹੁਣ ਵੀ ਅਕਲ ਵਾਲਾ ਹੁੰਦਾ। ਇੱਕ ਮਿੰਟ, ਕਿਹਦੇ ਬਾਰੇ ਕਹਿੰਦੇ ਅਕਲ ਵਾਲਾ ਹੁੰਦਾ? ਜੇ ਆ ਜਥੇਦਾਰ ਹੁੰਦਾ, ਜਾਣੀ ਜਥੇਦਾਰ ਤੇ ਅਕਲ ਵਾਲਾ ਐ ਤਾਂ ਨਹੀਂ ਦੋ ਗੱਲਾਂ ਮਿਲਦੀਆਂ। ਇੱਦਾਂ ਬੰਦਾ ਕਹਿ ਲੈਂਦਾ, ਬੰਦਾ ਕਹੇ ਵੀ ਅੱਗ ਅੱਗ ਤੇ ਰੋਟੀ ਤਾਂ ਮੈਂ ਵੀ ਬਣਾ ਸਕਦਾ, ਪਰ ਜੇ ਠੰਡੀ ਹੋਵੇ, ਜੇ ਠੰਡੀ ਹੋਵੇ। ਨਹੀਂ ਕਹਿਣ ਦਾ ਮਤਲਬ ਜਦੋਂ ਸ਼ਿਕਾਇਤ ਗਈ, ਜਦੋਂ ਰੌਲਾ ਵੀ ਪਿਆ, ਜਦੋਂ ਕਮੇਟੀ ਵੀ ਬਣਾਈ ਹੈ ਨਾ, ਕਮੇਟੀ ਬਣਾਉਣ ਤੋਂ ਵਿੱਚ ਵੀ ਜੇ ਅਸਲ ਮਾੜੀ ਜੇ ਵਰਤ ਲੈਂਦਾ, ਉਦੋਂ ਕਹਿੰਦਾ ਨਾਲੇ ਸ਼ਵੀਲ ਵਾਲੀ ਗੱਲ ਦੀ ਵੀ ਵਿਚਾਰ ਕਰਦੇ ਹਾਂ ਅਸੀਂ, ਇਕੱਠੇ ਕਰੋ ਇਹਨਾਂ ਨੂੰ, ਇੰਨੀ ਵੀ ਗੱਲ ਕਹਿ ਦਿੰਦਾ। ਪਰ ਹੈ ਅਕਲ? ਨਾ ਨਾ, ਇੰਨੀ ਇੰਨੀ ਮੈਂ ਇੱਕ ਗੱਲ ਕਹਿੰਦਾ ਜੀ, ਇਹ ਜਿਹੜੀ ਜਥੇ ਜੋ ਵੀ ਹੋ ਰਿਹਾ ਹੁਣ, ਇੱਕ ਪਾਸੇ ਤਾਂ ਹੈਗਾ 100 ਦਾ 100% ਸਹੀ ਭਾਈ ਰਣਜੀਤ ਸਿੰਘ ਹੈਨਾ, ਇੱਕ ਪਾਸੇ ਹੈਗੇ 100 ਦੇ 100 ਗਪੋਹਰਾ ਲੈ ਕੇ ਬੈਠੇ ਗੱਪ ਦੂਜੇ ਪਾਸੇ ਵਾਲੇ। ਹੁਣ ਚਲੋ ਮੰਨ ਲਓ ਇਕੱਠੇ ਹੋ ਗਏ, ਜੇ ਇੱਦਾਂ ਇੱਦਾਂ ਹੋ ਜਾਵੇ 50-50 ਹੋ ਜਾਵੇ, ਤੇ 50% ਭਾਈ ਰਣਜੀਤ ਸਿੰਘ ਜੀ ਤੁਸੀਂ ਥੱਲੇ ਨੂੰ ਆ ਜਾਓ, 50% ਇਹ ਥੱਲੇ ਨੂੰ ਆ ਜਾਣਗੇ ਹੈਨਾ, ਜਿੱਤ ਕਿਹਦੀ ਹੋਈ ਫਿਰ? ਗੱਪਾਂ ਵਾਲਿਆਂ ਦੀ। 50 ਵੀ ਰਹਿ ਗਏ, ਜੇ 50 ਵੀ ਰਹਿ ਗਈਆਂ ਸਾਡੇ ਗੱਲ ਤਾਂ ਫਿਰ ਸਾਰਾ ਕੁਝ ਪਿਆ ਰਹਿ ਗਿਆ। ਇਹੀ ਤਾਂ ਚਾਹੁੰਦੇ ਆ ਵੀ ਜਿੰਨਾ ਕਿੰਨਾ ਕਿੰਨੀਆਂ ਕੁ ਨਵੇੜ ਲਓਗੇ, ਕੋਸਾ ਇੱਕ ਵੀ ਚੱਜ ਦੀ ਹੋਵੇ ਜਿਹੜੀ ਰੱਖਣ ਵਾਲੀ ਹੈ, ਤੁਸੀਂ ਕਿੰਨਾ ਕਰਾ ਲਓਗੇ? ਕਰੋ ਕਹਿਣਾ ਵੀ ਚੱਲ ਇੱਥੇ ਕਿ ਚੱਕਰ ਰੱਖ ਲਓ, ਫਿਰ ਵੀ ਉਹਨਾਂ ਦੀ ਜਿੱਤ ਨਹੀਂ ਜੀ। ਉਹ ਗੱਲੋਂ ਜਾਣੀ ਬਹੁਤ ਵਧੀਆ ਆ ਜਿਹੜਾ ਨਾ ਉਦਣ ਭਾਈ ਰਣਜੀਤ ਸਿੰਘ ਨੇ ਕਹਿ ਦਿੱਤਾ ਵੀ ਆਪਾਂ ਦੀਵਾਨ ਨਾ ਲਾਈਏ। ਬਸ ਬਸ ਬਸ, ਦੀਵਾਨ ਹੀ ਰੁਕੇ ਨਾ ਲਾਓ, ਫਿਰ ਕੀ ਹੋ ਜਾਓ? ਉਹ ਚੀਜ਼ ਨੇ ਇਹਨਾਂ ਨੂੰ ਪਤਾ ਆ, ਇਹਨਾਂ ਨੂੰ ਇਹਨਾਂ ਕੋਲ ਰਾਹ ਕੋਈ ਨੀ ਹੈਗਾ। ਹੁਣ ਇਹ ਮੂਰਖ ਹੋਣਗੇ ਜੇ ਇਦਾਂ ਦਾ ਪੰਗਾ ਲੈ ਲੈਣਗੇ, ਠੀਕ ਆ, ਇਹ ਤਾਂ ਗੱਲ ਨੂੰ ਛੱਡ ਦੇਣ ਤਾਂ ਵਧੀਆ ਆ। ਆਹੋ ਨਹੀਂ ਨਹੀਂ, ਉਹ ਤਾਂ ਦਿਖਦਾ ਹੀ ਆ, ਉਹ ਤਾਂ ਇੱਕ ਦੀਵਾਨ ਇਦਾਂ ਦਾ ਹੋਰ ਲੱਗ ਗਿਆ ਨਾ। ਇਹਨਾਂ ਨੂੰ ਸਦੀਆਂ ਟਿੱਕਰ, ਇਹਨਾਂ ਨੂੰ ਸਵਾਲ ਉੱਠਣੇ ਆ ਤੇ ਉਹੀ ਡੈਮੋਕ੍ਰੇਸੀ ਚ ਇੱਕ ਬੰਦਾ ਬੈਠਾ, ਉਹ ਕਹਿੰਦਾ ਆਪਣੇ ਭਰਾ ਇੱਕ ਵੀ ਨੀ ਮਰਨ ਦੇਣਾ, ਇੱਕ ਦੇ ਦੁੱਖ ਭਰਾ ਤਾਂ ਛੱਡੋ, ਪੁਲਿਸ ਵਾਲਾ ਵੀ ਨੀ ਮਰਨ ਦੇਣਾ ਪੰਜਾਬ ਚ, ਤੇ ਇੱਕ ਬੰਦਿਆਂ ਨੇ 40 ਸਾਲ ਤੋਂ ਖੋਰੂ ਪੱਟਿਆ ਪਿਆ, ਲੋਕਾਂ ਦੇ ਪੁੱਤ ਮਰਵਾ ਤੇ, ਬੱਚੇ ਮਰਵਾ ਤੇ, ਬਲੱਦ ਘਰ ਕਰਾ ਤੇ, ਆਪ ਕਰ ਲਏ, ਧੀਆਂ ਦੀ ਇੱਜ਼ਤ ਪੁਲਿਸ ਤੋਂ ਲੁਟਾਤੀ, ਆਪ ਲੁੱਟ ਲਈ, ਤੇ ਅੱਜ ਫਿਰ ਦਰਦਣਾ ਦੀ ਫਿਰਦੇ ਆ ਪੰਜਾਬ ਚ। ਕੌਮ ਦੇ ਠੇਕੇਦਾਰ ਫੇਰਦਾਂ ਦੇ ਉਦਾਂ ਹੀ ਆ ਯਾਰ, ਉਦਾਂ ਦੇ। ਸ਼ਰਮ ਵੀ ਨੀ ਹੈਗੀ, ਮੈਂ ਤਾਂ ਜਿੱਦਾਂ ਕਹਿੰਦਾ ਪੀਆਰੀ ਨੂੰ ਸ਼ਰਮ ਵੀ ਕਰ ਲੈਣੀ ਚਾਹੀਦੀ ਜਦੋਂ ਗਲਤੀ ਐਡੀ ਬੜੀ ਕਰਦੇ ਆ, ਜਿਹੜੀ ਵੱਡੇ ਮੁਲਕਾਂ ਦੀ। ਜਦੋਂ ਆਪਾਂ ਉਹੀ ਗੱਲ ਫੇਰ ਮੇਰੇ ਮੂਹਰੇ ਆਉਂਦੀ ਵੀ ਜੇ ਇਹ ਮਾਫੀਆਂ ਮੰਗ ਸਕਦੇ, ਇਹਨੀ ਤਾਂ 40 ਸਾਲ ਪਹਿਲਾਂ ਧੱਕਾ ਹੋਇਆ, ਤੁਹਾਨੂੰ ਤਾਂ ਉਦਾਂ ਹੀ ਸ਼ਰਮ ਨਾਲ ਮੂੰਹ ਲੁਕੋ ਕੇ ਤੁਰਨਾ ਚਾਹੀਦਾ ਪੰਜਾਬ ਚ ਵੀ ਸਾਡੀ ਵਜ੍ਹਾ ਕਰਕੇ ਆ ਕੁਛ ਹੋਇਆ, ਤੁਸੀਂ ਸਾਰੇ ਫਿਰ ਸਿਰ ਤੇ ਚੜ੍ਹਦੇ ਜਾਂਦੇ ਆ। ਨਹੀਂ ਨਹੀਂ, ਹੱਦ ਸ਼ਰਮੀ ਦੀ ਹੱਦ ਟੱਪ ਗਿਆ ਜੀ। ਰਲ ਮਿਲ ਕੇ ਇੱਥੋਂ ਪਤਾ ਲੱਗਦਾ ਤੇ ਜਦੋਂ ਮੂਹਰੇ ਬੋਲਣੇ ਵਾਲਾ ਕੋਈ ਨਹੀਂ ਸੀ, ਉਦੋਂ ਕਿੰਨੇ ਧੱਕੇ ਹੋਏ ਹੋਣਗੇ। ਆਹ ਪਰੰਪਰਾਵਾਂ ਕਿੱਦਾਂ ਬਣਾਈਆਂ ਇਹਨਾਂ ਨੇ, ਬੜੀ ਵੱਧ ਕਿਸਮ ਸੀਗੀ ਕਿ ਕੋਈ ਵਿਰਸਾ ਰੇਡੀਓ ਨੀ ਸੀਗਾ ਉਦੋਂ, ਨਹੀਂ ਤਾਂ ਇਹ ਭਿੰਡਰਾਂ ਵਾਲੀ ਵੀ ਉਦੋਂ ਹੀ ਦਫਾ ਪੱਟਣੀ ਚਾਹੀਦੀ ਸੀਗੀ, ਉਦੋਂ ਹੀ ਨੰਗਾ ਕਰਨਾ ਚਾਹੀਦਾ ਸੀਗਾ ਵੀ ਆਹ ਗਲਤ ਹੋ ਰਿਹਾ। ਮੈਂ ਕਹਿੰਦਾ ਚੈਲੰਜ ਆ ਟਕਸਾਲ ਨੂੰ, ਐਸੀ ਤੈਸੀ ਇਹਨਾਂ ਦੀ, ਹੁਣ ਕਿਸੇ ਨੂੰ ਖੜਾ ਕਰਕੇ ਦਿਖਾ ਲੈਣ, ਕਿਸੇ ਭਿੰਡਰ ਵਾਲੇ ਨੂੰ, ਉਹਦੇ ਬਾਪ ਦੇ ਬਾਪ ਦਾ ਬਾਪ ਵੀ ਹੋਵੇ, ਭਾਵੇਂ ਹੁਣ ਕਹਿਣ ਲੋਕਾਂ ਨੂੰ ਹਥਿਆਰ ਚੱਕੋ, ਹੁਣ ਇਦਾਂ ਦਾ ਕਰਨ ਨਾ, ਦੂਜੇ ਤੀਜੇ ਮਹੀਨੇ ਨਾਲ ਸੰਘੀ ਨੱਪੀ ਗਈ ਇਹਨਾਂ ਦੀ ਤਾਂ। ਨਹੀਂ ਚਾਹੀਦਾ ਸੀਗਾ ਜੀ, ਹਰ ਇੱਕ ਨਾਲ ਧੱਕਾ, ਹਰ ਇੱਕ ਨਾਲ ਧੱਕਾ, ਆਪਣੀ ਗੁੰਡਾਗਰਦੀ ਔਰ ਭਿੰਡਰਾਂ ਵਾਲੇ ਨੂੰ
ਦੀ ਗੁੰਡਾਗਰਦੀ ਤੇ ਮੋਹਰ ਲਾ ਰਿਹਾ ਅੱਜ ਨਾਲਾ ਪੂਰੀ ਆਪਣੇ ਪੁਰ ਜ਼ੋਰ ਜ਼ੋਰ ਮੋਹਰ ਲਾ ਰਿਹਾ ਵੀ ਨਹੀਂ ਉਹ ਏਦਾਂ ਹੀ ਕਰਦਾ ਸੀਗਾ ਤੇ ਅਸੀਂ ਏਦਾਂ ਹੀ ਕਰਦੇ ਹਾਂ। ਨਹੀਂ ਨਹੀਂ ਆਉਣ ਵਾਲਾ ਸਮਾਂ ਦੇਖਿਓ ਜੀ ਤੁਸੀਂ ਬਣਨਾ ਕੀ ਇਹਨਾਂ ਦਾ ਇਹ ਚੀਜ਼।